ਹਾਂ ਜੀ, ਅੱਜ ਸਾਡਾ ਲਾਤਵੀਆ ਦਾ ਲੇਟੈਸਟ ਵੀਜ਼ਾ ਹੈ, ਇਜ਼ਮਾ ਯੂਨੀਵਰਸਿਟੀ ਹੈ ਐਂਡ 8 ਸਾਲ ਦਾ ਇਹਨਾਂ ਦਾ ਗੈਪ ਸੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਤੇ ਕੋਈ ਜੋਬ ਐਕਸਪੀਰੀਅੰਸ ਜਾਂ ਕੋਈ ਵਰਕ ਐਕਸਪੀਰੀਅੰਸ ਕਿਸੇ ਵੀ ਤਰ੍ਹਾਂ ਦਾ ਕੋਈ ਕਹਿ ਸਕਦਾ, ਕੋਈ ਸਟੱਡੀ, ਕੋਈ ਡਿਪਲੋਮਾ, ਕੁਛ ਵੀ? ਕੁਛ ਵੀ ਨਹੀਂ ਹੈਗਾ ਸੀ ਇਹ ਤੋਂ ਬਾਅਦ। ਤੇ ਕੋਈ ਆਈਲੈਟਸ ਪੀਟੀ? ਨਾ, ਕੁਛ ਵੀ ਨਹੀਂ ਕੀਤਾ ਜੀ, ਨਾ ਆਈਲੈਟਸ ਕੀਤੀ ਨਾ। ਕੀ ਤੁਹਾਨੂੰ ਅਸੀਂ ਆਫਿਸ ਦੇ ਵਿੱਚ ਕੋਈ ਤਿਆਰੀ ਕਰਵਾਈ ਸੀ? ਫੋਨ ਤੇ ਮੈਡਮ ਕਰਾਉਂਦੇ ਹੁੰਦੇ ਸੀ ਐਗਜ਼ਾਮ ਦੀ, ਕੁਐਸਚਨ ਦੀ ਤਿਆਰੀ। ਦਿਨ ਚ ਐਂਡ ਚ ਆ ਕੇ ਤਾਂ ਦਿਨ ਚ ਦੋ ਵਾਰੀ 15-20 ਮਿੰਟ ਲੱਗਦੇ ਸੀਗੇ। ਇਜ਼ਮਾ ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ ਐਡਮਿਸ਼ਨ ਆ ਚੁੱਕੇ ਆ, ਜਿਹੜੇ ਕੈਂਡੀਡੇਟ ਕਹਿ ਦਿੰਦੇ ਆ ਕਿ ਇਜ਼ਮਾ ਯੂਨੀਵਰਸਿਟੀ ਦਾ ਵੀਜ਼ਾ ਨਹੀਂ ਆਉਂਦਾ, ਤੁਹਾਡੇ ਸਾਹਮਣੇ ਹੈ ਜਿੰਨਾ ਸਟੂਡੈਂਟ ਦੇ 50% ਤੋਂ ਉੱਪਰ ਹੈ ਉਹ ਇਜ਼ਮਾ ਦੇ ਵਿੱਚ ਅਪਲਾਈ ਕਰ ਸਕਦੇ ਆ। ਤੁਹਾਡੀ ਟਿਊਸ਼ਨ ਫੀਸ ਕਿੰਨੀ ਆਈ ਸੀ? 2,87,000 ਬਣੀ। 2,87,000, ਤੁਸੀਂ ਫੰਡ ਕਿੰਨਾ ਸ਼ੋਅ ਕੀਤਾ ਸੀ? 8,30,000। ਕਿੰਨਾ ਪੁਰਾਣਾ ਸੀ? ਡਿਪੈਂਡ ਕਰਦੀ ਤੁਹਾਡੀ ਇੰਟਰਵਿਊ ਦੀ ਤਿਆਰੀ ਕਿਸ ਤਰ੍ਹਾਂ ਦੀ ਹੋਈ ਹੈ, ਡਿਪੈਂਡ ਕਰ ਤੁਹਾਡੀ ਪ੍ਰੋਫਾਈਲ ਕਿਸ ਤਰ੍ਹਾਂ ਤਿਆਰ। ਦੂਜੇ ਏਜੰਟਾਂ ਨੇ ਮੈਂ ਕਹਿੰਦਾ ਕਿ ਪ੍ਰੋਪਰ ਡਾਕੂਮੈਂਟ ਲਾਈਕ ਕਵਰਿੰਗ ਲੈਟਰ ਵਿੱਚ ਇਹੀ ਨੀ ਮੈਂਸ਼ਨ ਕੀਤਾ ਕਿ ਇਹਨਾਂ ਕੋਲ ਫਲੈਸ਼ ਬੈਲੈਂਸ ਕਿੱਥੋਂ ਆਇਆ, ਇਹਨਾਂ ਕੋਲੇ MSME ਨੀ ਲੱਗਿਆ, ਜੇ ਸਟੂਡੈਂਟ ਦੀ 40,000-50,000 ਰੁਪਏ ਸੈਲਰੀ ਸ਼ੋਅ ਕਰਤੀ, ਉਹਨਾਂ ਦੀ ਕੋਈ ITR ਨੀ ਪੇ ਕੀਤੀ, ਉਹਨਾਂ ਦਾ ਕੋਈ ਬੈਂਕ ਬੈਲੈਂਸ ਨੀ ਲਗਾਇਆ, ਇਹ ਨਿੱਕੇ ਨਿੱਕੀਆਂ ਗਲਤੀਆਂ ਨਾਲ ਵੀਜ਼ਾ ਏਜੰਟ ਹੁੰਦੇ। ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ, ਤੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ। ਧੰਨਵਾਦ।